ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ। NRI ਵੀਰ ਜਸਵੰਤ ਸਿੰਘ ਸੰਧੂ ਜੀ ਦੇ ਕੋਲ, ਜੋ ਸਾਡੇ ਨਾਲ ਅਮਰੀਕਾ ਤੋਂ ਜੁੜੇ ਨੇ, ਔਰ ਮੈਂ ਇਹ ਗੱਲ ਜਾਣਨ ਵਾਸਤੇ ਉਹਨਾਂ ਨੂੰ ਇਸ ਸਮੇਂ ਸੰਪਰਕ ਕੀਤਾ ਹੈ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਦੁਖਦ ਘਟਨਾ ਹੋਈ ਹੈ। ਟ੍ਰੇਨ ਦੇ ਨੀਚੇ ਆ ਕੇ ਬਹੁਤ ਸਾਰੇ ਨੌਜਵਾਨ, ਬੱਚੇ ਔਰ ਬਜ਼ੁਰਗ, ਹਰ ਪੀੜ੍ਹੀ ਦਾ ਸ਼ਖਸ ਉਸ ਟ੍ਰੇਨ ਦੇ ਨੀਚੇ ਆ ਕੇ ਆਪਣੀ ਜ਼ਿੰਦਗੀ ਨੂੰ ਖੋ ਬੈਠਾ ਹੈ। ਲੇਕਿਨ ਉਹਨਾਂ ਪਰਿਵਾਰਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਮੁਖੀਆ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ। ਲੇਕਿਨ ਦੋਸਤੋ, ਜਿਵੇਂ ਜਿੰਨਾ ਦੁੱਖ ਸਾਨੂੰ ਹੈ ਉਸ ਤੋਂ ਵੱਧ ਦੁੱਖ ਸ਼ਾਇਦ NRI ਵੀਰਾਂ ਨੂੰ ਹੈ। ਔਰ ਉਹਨਾਂ ਦੇ ਚਿਹਰੇ 'ਤੇ ਜ਼ਰਾ ਮਤਲਬ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਲੋਕ ਇਸ ਸਮੇਂ, ਖਾਸ ਕਰਕੇ ਇਸ ਦੁਖਦ ਸਮੇਂ ਵਿੱਚ ਰਾਜਨੀਤੀ ਕਰ ਰਹੇ ਆ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇਸ ਸਮੇਂ ਰਾਜਨੀਤੀ ਨਹੀਂ ਕਰਨੀ ਚਾਹੀਦੀ। ਔਰ ਉਹ ਆਪਣੇ ਆਪਣੇ ਕੰਟਰੀਜ਼ ਵਿੱਚ ਬੈਠ ਕੇ ਕੀ ਸੋਚ ਰਹੇ ਨੇ। ਔਰ ਮੇਰੇ ਨਾਲ ਅਮਰੀਕਾ ਤੋਂ ਜੁੜ ਚੁੱਕੇ ਨੇ ਸੰਧੂ ਸਾਹਿਬ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਦੁਖਦ ਘਟਨਾ ਹੋਈ ਹੈ, ਇੱਥੇ ਵੀ ਪਹੁੰਚੀ ਹੋਏਗੀ, ਔਰ NRI ਵੀਰ ਭੈਣਾਂ, ਬੱਚੇ, ਨੌਜਵਾਨ ਇਸ ਘਟਨਾ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ? ਬਹੁਤ ਹੀ ਦੁੱਖ ਮਹਿਸੂਸ ਕਰ ਰਹੇ ਆ ਜੀ। ਬਹੁਤ ਮਾੜੀ ਘਟਨਾ ਹੋਈ ਆ, ਬੇਹੱਦ ਮਾੜੀ। ਬਹੁਤ ਲੋਕ ਦੁੱਖ ਮਹਿਸੂਸ ਕਰ ਰਹੇ ਇਸ ਘਟਨਾ ਨੂੰ। ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਦੁਸ਼ਹਿਰੇ ਵਾਲੇ ਜਿਹੜੀ ਪ੍ਰਬੰਧਕ ਕਮੇਟੀ ਸੀ, ਉਹ ਵੀ ਉਸ ਸਮੇਂ ਉੱਥੋਂ ਭੱਜ ਗਈ। ਔਰ ਦੂਸਰੀ ਗੱਲ ਇਹ ਵੀ ਕਹਿ ਸਕਦੇ ਹਾਂ ਕਿ ਨਵਜੋਤ ਕੌਰ ਸਿੱਧੂ ਜਿਹੜੀ ਕਿ ਇਹ ਕਹਿ ਰਹੀ ਹੈ ਕਿ ਜਦੋਂ ਮੈਂ ਘਰ ਗਈ ਤਦ ਮੈਨੂੰ ਆ ਕੇ ਪਤਾ ਲੱਗਾ ਕਿ ਇਹ ਘਟਨਾ ਵਾਪਰ ਗਈ ਹੈ। ਗੱਲ ਇਸ ਤਰ੍ਹਾਂ ਜੀ, ਦੇਖੋ ਹੁਣ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ, ਉਹ ਉੱਥੇ ਗਏ, ਉਹਨਾਂ ਨੇ ਉਦਘਾਟਨ ਕੀਤਾ। ਉਹ ਕਹਿੰਦੇ ਵੀ ਮੈਂ ਤਾਂ ਸਿਰਫ 2-4-5 ਮਿੰਟ ਲੇਟ ਗਈ ਹਾਂ, ਅਤੇ ਮੈਂ ਉੱਥੋਂ ਮੈਂ ਤਾਂ ਪਹਿਲਾਂ ਚਲੇ ਗਈ ਸੀ, ਮੇਰੇ ਤੋਂ ਬਾਅਦ ਘਟਨਾ ਹੋਈ ਹੈ। ਇਹ ਤਾਂ ਹੁਣ ਉਹ ਹੀ ਦੱਸ ਸਕਦੇ ਸੱਚ ਜਾਂ ਝੂਠ ਜਾਂ ਜਿਹੜੇ ਉੱਥੇ ਮੌਜੂਦ ਸਨ। ਪਰ ਸੰਧੂ ਸਾਹਿਬ, ਕੀ ਇਸ ਸਮੇਂ ਰਾਜਨੀਤੀ ਕਰਨੀ ਜ਼ਰੂਰੀ ਹੈ? ਨਹੀਂ, ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਨੂੰ ਹਮਦਰਦੀ ਪ੍ਰਗਟ ਕਰਕੇ ਉਹਨਾਂ ਨੇ ਮਤ ਕਰਨ। ਰਾਜਨੀਤੀ ਇਹਦੇ 'ਤੇ ਨਹੀਂ ਕਰਨੀ ਚਾਹੀਦੀ। ਸਾਰੇ ਕੀ ਕਹਿੰਦਾ ਕਿ ਰਾਜਨੀਤੀ, ਕਿਉਂਕਿ ਇਹ ਕੁਦਰਤੀ ਆਫਤ ਹੋਈ ਹੈ, ਇੱਕ ਗੱਲ ਇਹ ਕੁਦਰਤੀ ਹੋਈ ਹੈ, ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤਾ। ਲੇਕਿਨ NRI ਵੀਰ ਕਿਸ ਤਰ੍ਹਾਂ ਲੈਂਦੇ ਨੇ ਇਸ ਰਾਜਨੀਤੀ, ਜੋ ਰਾਜਨੀਤੀ ਹੋ ਰਹੀ ਹੈ ਉਹਨੂੰ ਪੋਜ਼ਿਟਿਵ ਲੈਂਦੇ ਨੇ ਜਾਂ ਨੈਗੇਟਿਵ ਲੈਂਦੇ ਨੇ? ਉਹ ਤੈਨੂੰ ਬਹੁਤ ਮਾੜਾ ਸਮਝਦੇ। ਉਹ ਕਹਿੰਦੇ ਜੀ ਬਹੁਤ ਮਾੜੀ ਕਰ ਰਹੇ, ਖਾਸ ਕਰਕੇ ਬਾਦਲ ਪਰਿਵਾਰ ਤੇ ਬਹੁਤ ਉਹ ਕਰ ਰਹੇ ਵੀ ਇਹਨਾਂ ਨੇ ਇਹ ਕਿਉਂ ਕਰ ਰਹੇ ਨੇ, ਕੀ ਇਹ ਸਿੱਧੂ ਸਾਹਿਬ ਨੂੰ ਇਸ ਤਰ੍ਹਾਂ ਕਿਉਂ ਇਹ ਵਿੱਚ ਲੇਟਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਇਹਨਾਂ ਨੂੰ ਚਾਹੀਦਾ ਤੇ ਆ ਕਿ ਇਹ ਉਹਨੂੰ ਉਹਨਾਂ ਲੋਕਾਂ ਦੀ ਮਦਦ ਕਰਨ, ਜਿਹਨਾਂ ਜਿਹੜੇ ਵਿਚਾਰੇ ਜੋ ਕੁਦਰਤੀ ਆਸ ਆ ਗਈ ਹੁਣ ਜਿਹੜਾ ਕੁਛ ਹੋ ਗਿਆ ਉਹਦੀ ਵੱਧ ਤੋਂ ਵੱਧ ਮਦਦ ਕਰਨ, ਤੇ ਇਹ ਰਾਜਨੀਤੀ ਨਾ ਕਰਨ, ਲੋਕ ਇਹ ਚਾਹੁੰਦੇ ਇੱਥੋਂ ਦੇ। ਲੇਕਿਨ ਇਹ ਤਾਂ ਵਿਰੋਧੀ ਦਾ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ। ਵੇਖੋ ਜੀ, ਉਹ ਤਾਂ ਜੋ ਮਰਜ਼ੀ ਕਹਿਣ, ਹੁਣ ਇਹ ਉਹਨਾਂ ਨੇ ਜਾਣ ਕੇ ਤਾਂ ਕੀਤਾ ਨਹੀਂ, ਕਿਹੜਾ ਦਿਲ ਕਰਦਾ ਵੀ ਇੰਨੀ ਦੁਨੀਆ ਹੋ ਜੇ। ਇਹ ਤਾਂ ਇਹਦਾ ਇੱਕ ਕੁਦਰਤੀ ਭਾਣਾ ਵਰਤ ਗਿਆ ਆ, 2-1 ਸਕਿੰਟਾਂ ਦੇ ਵਿੱਚ ਹੀ ਪਤਾ ਨਹੀਂ ਉਦੋਂ ਲੱਗਾ ਜਦੋਂ ਆਹ ਕੁਛ ਹੋ ਗਿਆ। ਮੈਂ ਤਾਂ ਨਹੀਂ ਸਮਝਦਾ ਕਿ ਇਹ ਜਾਣ ਬੁੱਝ ਕੇ ਇਹਨਾਂ ਨੇ ਕੀਤਾ ਹੈ ਜਾਂ ਕਿ ਇਹਨਾਂ ਦਾ ਇਹਦੇ 'ਚ ਕਸੂਰ। ਇਹ ਤਾਂ ਕੁਦਰਤੀ ਆ, ਉਹਨਾਂ ਦੀ ਵੀ ਕਿਸਮ ਮਾੜੀ, ਜਿਹੜੇ ਉੱਥੇ ਲੋਕ ਖੜੇ ਸੀ ਲਾਈਨ 'ਤੇ, ਅਤੇ ਉਹਨਾਂ ਨਾਲ ਇਹ ਭਾਣਾ ਵਰਤ ਗਿਆ। ਬਾਦਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਰਾਜਨੀਤੀ 'ਤੇ ਇਹ ਅਕਾਲੀ ਦਲ ਬਾਦਲ ਦਾ ਗ੍ਰਾਫ ਵੱਧਦਾ ਹੈ ਜਾਂ ਘਟਦਾ ਨਜ਼ਰ ਆ ਰਿਹਾ?
ਇੱਥੇ ਲੋਕਾਂ ਦੇ ਵਿੱਚ ਤਾਂ ਕੱਟੜਾਂ ਨਜ਼ਰ ਆ ਰਿਹਾ ਜੀ, ਜੀ ਲੋਕ ਕਹਿੰਦੇ ਕਿ ਇਹ ਜੋ ਕੁਛ ਕਰ ਰਿਹਾ ਗਲਤ ਕਰ ਰਿਹਾ। ਜੀ ਇੱਥੇ ਜਿਹੜੇ ਲੋਕ ਨੇ, ਲੋਕਾਂ ਨਾਲ ਕਈਆਂ ਨਾਲ ਗੱਲਬਾਤ ਹੁੰਦੀ ਆ, ਸੁਣਦੇ ਆ, ਉਹ ਲੋਕ ਜਿਹੜੇ ਆ ਉਹ ਤਾਂ ਕਹਿੰਦੇ ਆ ਵੀ ਨਹੀਂ ਇਹ ਸਾਰਾ ਕੁਛ ਬਾਦਲ ਸਾਹਿਬ ਗਲਤ ਕਰ ਰਹੇ ਆ, ਇਵੇਂ ਸਿੱਧੂ ਸਾਹਿਬ ਨੂੰ ਫਸਾਉਣ, ਚਿੱਕੜ ਸੁੱਟਣ ਡਏ ਆ ਵੀ ਕਿਸੇ ਤਰੀਕੇ ਇਹਨਾਂ ਨੂੰ ਸਾਡੇ ਹੁਣ ਕਾਬੂ ਆਇਆ ਤੇ ਕਿਸੇ ਕਿਸੇ ਤਰੀਕੇ ਨੂੰ ਖਤਮ ਕਰੀਏ। ਬਸ ਲੇਕਿਨ ਉਹ ਉਹ ਕੋਈ ਗੱਲ ਅਸਤੀਫੇ ਦੀ ਵੀ ਮੰਗ ਕਰ ਰਹੇ ਆ, ਸੰਧੂ ਸਾਹਿਬ ਅਸਤੀਫੇ ਦੀ ਵੀ ਮੰਗ ਕਰ ਰਹੇ ਆ। ਉਹਨਾਂ ਦਾ ਜੀ ਕਰਨਾ ਹੀ ਆ, ਉਹਨਾਂ ਕੋਲ ਜੋ ਜੋ ਅੱਜ ਤੱਕ ਉਹ ਬਣੇ ਉਦੋਂ ਤੋਂ ਹੀ ਕਰੀ ਜਾਂਦੇ ਸੀ, ਫਿਰ ਹੀ ਉਹਨਾਂ ਦੇ ਕਹਿਣ ਤੇ ਥੋੜਾ ਉਹ ਤਾਂ ਹੁਣ ਇਹ ਤੋਂ ਸੁਖਬੀਰ ਤੋਂ ਵੀ ਅਸਤੀਫਾ ਵੀ ਉਹ ਮੰਗਦੇ ਸੀ, ਇਹਨਾਂ ਦੀ ਆਪਦੀ ਪਾਰਟੀ ਦੇ ਬੰਦੇ ਮੰਗਦੇ, ਉਹਨਾਂ ਨੂੰ ਦਿੱਤਾ ਨਹੀਂ ਜੀ। ਤੇ ਇਹਨਾਂ ਨੇ ਹੁਣ ਕਿਵੇਂ ਦੇਣਾ ਦੱਸੋ, ਨਾਲੇ ਇਹਦੇ ਚ ਕੋਈ ਬੰਦਾ ਨਹੀਂ ਇਹ ਸਮਝਦਾ ਕਿ ਇਹਨਾਂ ਦਾ ਕਸੂਰ ਆ। ਬਿਲਕੁਲ, ਇਹ ਤਾਂ ਕੁਦਰਤੀ ਆਫਤ ਆ ਗਈ ਹੈ, ਕੁਦਰਤੀ ਆਫਤ ਆਈ ਹੈ। ਕੁਦਰਤੀ, ਬਿਲਕੁਲ ਕੁਦਰਤੀ ਆਫਤ ਆ, ਉਹਦੇ ਚ ਉਹਨਾਂ ਦਾ 1% ਵੀ ਕਸੂਰ ਨਹੀਂ ਗਾ, ਬਾਕੀ ਇਹ ਜੋ ਪਾਰਟੀਆਂ ਜੋ ਚਿੱਕੜ ਸੁੱਟੀ ਜਾਂਦੀਆਂ ਸੁੱਟੀ ਜਾਣ, ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ, ਸਗੋਂ ਇਹ ਤਾਂ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰਨ, ਜਿਹੜੇ ਵਿਚਾਰੇ ਜਿਹਨਾਂ ਦੇ ਜਿਹਨਾਂ ਦਾ ਕੁਛ ਨਹੀਂ ਰਹਿ ਗਿਆ, ਜਿੰਨਾ ਵੀ ਹੋ ਸਕਿਆ ਉਹਨਾਂ ਦੀ ਮਦਦ ਕਰਨ ਤੇ ਉਹਨਾਂ ਦੇ ਮਲਮ ਲਾਉਣ। ਜਦੋਂ ਇਹ ਘਟਨਾ ਵਾਪਰੀ ਆ ਤੇ ਨਵਜੋਤ ਸਿੰਘ ਸਿੱਧੂ ਉਦੋਂ ਮਤਲਬ ਸਾਊਥ ਦੇ ਏਰੀਏ ਵਿੱਚ ਸੀ, ਨਵਜੋਤ ਕੌਰ ਨਾਲ ਸੰਪਰਕ ਹੋਇਆ, ਉਸ ਨੂੰ ਪਤਾ ਲੱਗਾ ਤੇ ਉਸਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੇਰੇ ਤੇ ਪੱਥਰਬਾਜ਼ੀ ਹੁੰਦੀ ਆ, ਤੈਨੂੰ ਮਾਰ ਦਿੱਤਾ ਜਾਂਦਾ, ਕੋਈ ਚਿੰਤਾ ਨਹੀਂ ਆ, ਪਰ ਤੇਰਾ ਉਸ ਜਗ੍ਹਾ ਤੇ ਜਾਣਾ ਬਹੁਤ ਜ਼ਰੂਰੀ ਹੈ। ਇਹ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ। ਬਿਲਕੁਲ, ਉਹਨਾਂ ਨੇ ਕਿਹਾ ਜਾਣਾ, ਵੇਖੋ ਨਾਲੇ ਫਿਰ ਉਹਨਾਂ ਨੇ ਹੁਣ ਦਿਨ ਜਿੰਨੇ ਪਰਿਵਾਰ ਜਾਂ ਬੱਚੇ ਜਿਹੜੇ ਰਹਿ ਗਏ ਉਹਨਾਂ ਦੀ ਜ਼ਿੰਮੇਵਾਰੀ ਵੀ ਚੁੱਕ ਲਈ ਹੈ ਕਿ ਚੁੱਕ ਮੈਂ ਲਈ ਹੈ, ਜਿੰਨਾ ਚਿਰ ਜਿਉਂਦਾ ਮੈਂ ਉਹਨਾਂ ਨੂੰ ਆਪਦੀ ਪੂਰੀ ਉਹਨਾਂ ਦੀ ਗੋਦ ਹੀ ਲੈ ਲਿਆ ਇੱਕ ਤਰ੍ਹਾਂ ਨਾਲ, ਤੇ ਮੈਂ ਉਹਨਾਂ ਦੀ ਪੂਰੀ ਸਹਾਇਤਾ ਕਰੂੰਗਾ, ਪੜ੍ਹਾਵਾਂਗਾ, ਪਾਲਾਂਗਾ, ਸਭ ਕੁਛ ਕਰਾਂਗਾ, ਇਹ ਤੋਂ ਬਾਅਦ ਹੋਰ ਕੀ ਹੋ ਸਕਦਾ। ਬਿਲਕੁਲ ਜੀ, ਬਿਲਕੁਲ, ਬਹੁਤ ਵੱਡੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਹ ਸਾਰੇ ਦੇ ਸਾਰੇ ਪਰਿਵਾਰਕ ਮੈਂਬਰ ਜਿਹੜੇ ਉਹ ਗੋਦ ਲੈ ਲਏ ਨੇ, ਔਰ ਭਵਿੱਖ ਵਿੱਚ ਉਹਨਾਂ ਦੀ ਜਿਹੜੀ ਪਰਵਰਿਸ਼ ਹੈ, ਔਰ ਜਦੋਂ ਤੱਕ ਸਰਕਾਰਾਂ ਕਰਦੀਆਂ ਨੇ ਕਰੀ ਜਾਣਗੀਆਂ, ਪਰ ਪਰਸਨਲੀ ਤੌਰ 'ਤੇ ਨਵਜੋਤ ਸਿੰਘ ਸਿੱਧੂ ਦਾ ਇਹੀ ਕਹਿਣਾ ਹੈ ਕਿ ਇਹਨਾਂ ਦੇ ਘਰ ਕਦੇ ਵੀ ਚੁੱਲ੍ਹਾ ਜਿਹੜਾ ਹੈ ਉਹ ਮਤਲਬ ਹਮੇਸ਼ਾ ਚੁੱਲ੍ਹਾ ਬਲਦਾ ਰਹੇਗਾ ਔਰ ਕਦੇ ਵੀ ਬੁਝਣ ਨਹੀਂ ਦਿੱਤਾ ਜਾਵੇਗਾ। ਔਰ NRI ਵੀਰ ਵੀ ਸੰਧੂ ਸਾਹਿਬ ਨੇ ਜਿਵੇਂ ਕਿਹਾ ਕਿ ਇੱਥੇ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਲੋਕ ਰਾਜਨੀਤੀ ਕਰਦੇ ਹੈ ਉਹਨਾਂ ਨੂੰ ਇਸ ਸਮੇਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਨੂੰ ਸਗੋਂ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸੋ ਦੋਸਤੋ, ਮੈਂ ਦੱਸਦਿਆਂ ਕਿ ਮੇਰੇ ਨਾਲ ਅਮੈਰੀਕਾ ਤੋਂ ਜੁੜੇ ਸਨ ਜਸਵੰਤ ਸਿੰਘ ਸੰਧੂ ਸਾਹਿਬ, ਜੋ ਕਿ ਇੱਕ NRI ਦੇ ਤੌਰ 'ਤੇ ਜਾਣੇ ਜਾਂਦੇ ਨੇ ਔਰ ਇੱਕ ਸਮਾਜ ਸੇਵਕ ਦੇ ਤੌਰ 'ਤੇ ਵੀ ਉਹ ਜਾਣੇ ਜਾਂਦੇ ਨੇ। ਸੰਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।